ਕਾਲੇ ਸੂਟ ਦੇ ਪਿੱਛੇ ਵੀ ਆ ਜਾ ਨਵੀਂ ਕਹਾਣੀ ਪਿਛਲੀ ਜੁਮਰਾਤ ਤੋਂ ਸ਼ੁਰੂ ਹੋਇਆ ਚੈਟੂਣਾ ਮਾਈ ਨੇ ਕਿਹਾ ਬਈ ਇਸ ਜੁਮਰਾਤ ਤੋਂ ਲੈ ਕੇ ਅਗਲੀ ਜੁਮਰਾਤ ਤੱਕ ਤੂੰ ਕਾਲੀ ਚੀਜ਼ ਜਿਹੜੀ ਹੈ ਨਾ ਉਹ ਪਾਕ ਰੱਖਣੀ ਆਪਣੇ ਜਿਸਮ ਦੇ ਨਾਲ ਚਾਹੇ কুরਤਾ ਹੋਵੇ ਬਨਿਆਨ ਹੋਵੇ ਜਰਾਬ ਹੋਵੇ ਦਸਤਾਨੇ ਹੋਣ ਜਾਂ ਕੱਛਾ ਥੱਲੇ ਹੋਵੇ ਜਾਂ ਕੋਈ ਰੁਮਾਲ ਹੋਵੇ ਉਮਾਈ ਨੇ ਕਿਹਾ ਬਈ ਕਾਲੀ ਜਿਹੜੀ ਚੀਜ਼ ਐ ਨਾ ਤੂੰ ਪਾਗ ਰੱਖਣੀ ਉਹਨੇ ਸ਼ਲਵਾਰ ਕਮੀਜ਼ੀ ਕਾਲਾ ਪਾ ਲਿਆ ਉਹ ਇੰਨਾ ਡਰ ਗਿਆ ਉਹਨੇ ਕਿਹਾ ਬਈ ਜੇ ਤੂੰ ਇਹ ਨਹੀਂ ਨਾ ਪਾਏਂਗਾ ਤੇ ਤੂੰ ਗਿਆ ਅਗਲਿਆਂ ਦੋ ਹਫ਼ਤਿਆਂ ਚ ਇਹ ਮੈਂ ਤੁਹਾਨੂੰ ਅੰਦਰ ਦੀ ਖਬਰ ਦੇ ਰਿਹਾ ਮੁਲਾਜ਼ਮ ਦੀ ਜੋ ਮੁਲਾਜ਼ਮ ਨੇ ਦੱਸਿਆ ਸਨ ਪਰ ਮਾਈ ਨੇ ਕਿਹਾ ਬਕ ਤੂੰ ਇਹ ਜਿਹੜੀ ਪਿਛਲੀ ਜਮਰਾਤ ਗੁਜ਼ਰੀ ਇਸ ਜਮਰਾਤ ਤੋਂ ਲੱਗ ਕੇ ਇਹ ਜਿਹੜੀ ਪਰਸੋਂ ਚੌਥਾਣੀ ਇਸ ਜਮਰਾਤ ਤੱਕ ਆਪਣੇ ਜਿਸਮ ਦੇ ਨਾਲ ਕੋਈ ਨਾ ਕੋਈ ਕਾਲੀ ਚੀਜ਼ ਅਟੈਚ ਰੱਖਣੀ ਉਹ ਸ਼ਲਵਾਰ ਕੁੱਤਾ ਹੋ ਸਕਦਾ ਉਹ ਬਨਿਆਨ ਹੋ ਸਕਦੀ ਉਹ ਕੱਛਾ ਹੋ ਸਕਦਾ ਉਹ ਰੁਮਾਲ ਹੋ ਸਕਦਾ ਉਹ ਇਸ ਤਰ੍ਹਾਂ ਦਾ ਉਹਨੇ ਕਹ ਕਾਲੀ ਚੀਜ਼ ਤੇ ਜਿਸਮ ਨਾਲ ਲਿਪਟੀ ਰਹਿਣੀ ਚਾਹੀਦੀ ਆ ਅਗਲੇ 7 ਦਿਨ ਜੁਮਰਾਤ ਤੱਕ ਉਹ ਐਡਾ ਡਰੇ ਉਹ ਸ਼ਲਵਾਰ ਕਮੀਜ਼ ਕਾਲੀ ਪਾ ਆ ਹੁਣ ਤੁਸੀਂ ਇਹ ਸੋਚੋ ਬਸ ਚਲੋ ਠੀਕ ਏ ਇਹਦੇ ਤੂੰ ਘਰ ਬੈਠਿਆਂ ਤੇ ਪਾਲਾ ਠੀਕ ਹੈ ਕੋਈ ਪ੍ਰੋਬਲਮ ਨਹੀਂ ਪਰ ਤੂੰ ਮੀਡੀਆ ਤੇ ਟੀਵੀ ਤੇ ਆ ਕੇ ਤੂੰ ਕਾਲਾ ਸ਼ਲਵਾਰ ਕੁਰਤਾ ਪਾਏ ਆ ਲਫੰਟਰਾ ਹਰ ਤੂੰ ਬੈਠਾ ਹੈ ਤੂੰ ਛਬੀਆਂ ਦੇ ਰਿਹਾ ਤੂੰ ਤਾਨੇ ਦੇ ਰਿਹਾ ਤੂੰ ਇਹ ਅਜੀਬੋ ਗਰੀਬ ਕਿਸਮ ਦੇ ਤੂੰ ਉਹ ਹਰਕਤਾਂ ਕਰ ਰਹੇ ਆ ਟੀਵੀ ਦੇ ਉੱਤੇ ਆ ਕੇ ਔਰ ਡਰਾਮੇ ਤੂੰ ਲਾਏ ਨੇ ਔਰ ਕਾਲਾਂ ਤੂੰ ਰਿਕਾਰਡ ਕੀਤੀਆਂ 6 7 ਇੱਕ ਸਕੂਲ ਟੀਚਰ ਜਿਹੜੀ ਆ ਮਾਈ ਉਹ ਪ੍ਰੋਫੈਸਰ ਨੂੰ ਕਹਿ ਕੇ ਉਸ ਸਕੂਲ ਟੀਚਰ ਨੂੰ ਪਹਿਲੇ ਕੰਟੈਂਟ ਘੱਲਿਆ ਕਿ ਤੂੰ ਇਹ ਕਹਿਣਾ ਉਸ ਤੋਂ ਬਾਅਦ ਵਿੱਚ ਇਹ ਜੁਮਲਾ ਐਡ ਕਰਾਇਆ ਕਿ ਤੂੰ ਕਹਿਣਾ ਜੀ ਆਪ ਘਬਰਾ ਲੈ ਇਸ ਸਾਰੀਆਂ ਗੱਲਾਂ ਮਤਲਬ ਤੂੰ ਅਜੀਬ ਹੋ ਗਰੀ ਇਹ ਆਦਮੀ ਯਾਰ ਕੁ ਬੜਾ ਹੀ ਲਫੰਟਰਾ ਆਦਮੀ ਹੈ ਇਹ ਤੁਸੀ ਚਾਲ ਚੱਕ ਕਰਿਆ ਕਰੋ ਜਦੋਂ ਇਹ ਟੁਰਦਾ ਹੈ ਲੱਗਦਾ ਹੈ ਬਈ ਜਿਵੇਂ ਕੋਈ ਯਲ ਬਲਲੜ ਲੱਗਦਾ ਜਿਵੇਂ ਗਵਾਚਾ ਕਿਧਰੇ ਠੀਕ ਹੈ ਅਜੀਬੋ ਗਰੀਬ ਹਰਕਤਾ ਉਪਏ ਤੂੰ ਟੀਵੀ ਤੇ ਆਣਾ ਤੂੰ ਕੋ ਡੇਸਣ ਕਿਸਮ ਦਾ ਕੋ ਡਰੈਸ ਪਾ ਕੇ ਆ ਚਿੱਟੀ ਸ਼ਲਵਾਰ ਕਮੀਜ਼ ਪਾ ਉਤੇ ਬਲੈਕ ਵਾਇਸਕਟ ਪਾ ਆ ਕੇ ਤੂੰ ਡਰੈਸ ਕਰ ਆਪਣੇ ਜਿੰਨਾਂ ਨੂੰ ਤੂੰ ਕਰਨਾ ਚੌ ਲੱਤਾਂ ਵਾਲਿਆਂ ਨੂੰ ਠੀਕ ਹੈ ਸ਼ਲਵਾਰ ਕੁਰਤਾ ਪਾਇਆ ਕਾਲਾ ਮਾਈ ਨੇ ਕਿਹਾ ਵਾ ਕਾਲਾ ਕੁਸ਼ੈ ਬਾਣੀ ਤੂੰ ਬਣਨ ਪਾਲਾ ਥੱਲੇ ਕਾਲੀ ਉਹ ਡਰਿਆ ਇੰਨਾ ਉਹਨਾਂ ਕੋਲੋਂ ਕਿ ਕੋਨੇ ਆ ਗਿਆ ਸਾਰਾ ਕੁਝ ਕਾਲਾ ਪਾਓ ਕਿਦਰੇ ਰਾਹ ਚ ਨਾ ਕੋਈ ਕਹਵੇ ਕਿ ਜੀ ਆ ਰਖਸ਼ਤ ਬੈ ਕੇ ਸਾਈਡ ਤੇ ਹੋ ਜਾ ਇੰਨਾ ਝਰ ਚੁਕੇ ਆ ਠੀਕ ਹੈ ਇਹ ਉਹਦੇ ਕਾਲੇ ਜਿਹੜੇ ਕੱਪੜੇ ਜਿਹੜੇ ਉਸ ਕਾਲ ਪਾਏ ਸੀ ਨਾ ਇਹਦੀ ਮੈਂ ਤੁਹਾਨੂੰ ਸਟੋਰੀ ਦੱਸੀਏ ਇਹ ਅਗਲੀ ਜੁਮੇਹ ਰਾਤ ਤੱਕ ਉਹਨੇ ਕੋਈ ਨਾ ਕੋਈ ਚੀਜ਼ ਕਾਲੀ ਪਾਣੀ ਹੈ ਇਹ ਉਹਨੂੰ ਮਾਈ ਨੇ ਕਿਹਾ ਵੇ ਅਗਰ ਤੂੰ ਇਹ ਨਹੀਂ ਟੂਣਾ ਕਰੇਂਗਾ ਮੈਂ ਚਿਲਾ ਕਟਰੀਆਂ ਵੀ ਤੇਰਾ ਅਗਰ ਤੂੰ ਇਹ ਨਹੀਂ ਕਰੇਂਗਾ ਤੇ ਤੂੰ ਗਏ ਦਸਾਂ ਦਿਨਾਂ ਵਿੱਚ ਇਹ ਜਾਦੂ ਕਰਕੇ ਤੇ ਕਾਲਾ ਪਾਇਆ ਹੈ ਇਹ ਐਵੇਂ ਨਹੀਂ ਪਾਇਆ ਕਾਲਾ ਠੀਕ ਆ ਇਹ ਮੈਂ ਅੰਦਰ ਦੀ ਖਬਰ ਦੱਸ ਰਿਹਾ ਮੈਂ ਬਿਲਕੁਲ ਸੀਰੀਅਸ ਹੋ ਕੇ ਗੱਲ ਦੱਸ ਰਿਹਾ ਇਹ ਮਾਈ ਨੇ ਉਹਨੂੰ ਕੋ ਕਰਾਇਆ 7 ਦਿਨ ਦਾ ਟੂਣਾ ਕਾਲਾ ਕਪੜਾ ਪਾਣਾ 7 ਦਿਨ ਆ ਜਿਹੜੀ ਆਣ ਵਾਲੀ ਜਮਰਾਤ ਇਸ ਜਮਰਾਤ ਰਾਤ 12 ਵਜੇ ਤੱਕ ਤੇ ਫਿਰ ਇਹ ਤੂੰ ਬਚ ਜਾਏਂਗਾ ਕੋਈ ਮਹੀਨਾ ਦੋ ਤੁਸੀਂ ਅੰਦਾਜ਼ਾ ਲਾ ਲਓ ਮੈਂ ਟੂਣਿਆਂ ਦੇ ਨਾਲ ਵੀ ਬਚਾਉਂਦੀ ਆ ਇਹਨੂੰ ਮਾਈ ਮਾਈ ਵੀ ਸਵਾਦ ਲੈ ਰਹੀ ਹੈ ਨਾ ਪੂਰਾ ਪਰ ਕਿੱਥੇ ਪਾਕ ਪਤਨ ਠੀਕ ਆ ਤੇ ਕਿੱਥੇ ਹੈ ਸਾਰੇ ਸਿਸਟਮ ਤੇ ਪੂਰੀ ਬਿਊਰੋਕ੍ਰੇਸੀ ਤੇ ਆਈਜੀ ਤੇ ਹਰ ਸ਼ਹਿਰ ਥੱਲੇ ਸੇਲੀਆਂ ਲੁੱਟੀ ਜਾ ਰਹੀਆਂ ਅਮਰੀਕਾ ਮਾਲ ਕੱਢੀ ਜਾ ਰਹੀਆਂ ਮਾਈ ਦੀਆਂ ਸੇਲੀਆਂ ਠੀਕ ਆ ਔਰ ਮਾਈ ਦੇ ਮੁੰਡੇ ਜਿਹੜੇ ਨੇ ਮਾਈ ਦੇ ਮੁੰਡਿਆਂ ਨੇ ਇੰਜ ਲੁੱਟ ਮਾਰੀ ਆ ਨਾ ਪੰਜਾਬ ਵਿੱਚ ਮਾਈ ਦੇ ਮੁੰਡਿਆਂ ਨੇ ਪੰਜਾਬ ਨੂੰ ਰੰਡਵੇ ਦਾ ਕੋਠਾ ਬਣਾ ਛੜਿਆ ਹਰ ਮਹਿਕਮੇ ਦੇ ਪੈਸੇ ਖਾ ਲਏ ਹਰ ਸੜਕ ਦੇ ਹਰ ਨਾਲੀ ਦੇ ਹਰ ਗਲੀ ਦੇ ਹਰ ਹਸਪਤਾਲ ਦੇ ਹਰ ਮਹਿਕਮੇ ਦੇ ਪੈਸੇ ਖਾ ਗਏ ਤੇ ਮਾਈ ਦੇ ਮੁੰਡੇ ਔਰ ਬੰਦਾ ਤੁਸੀਂ ਕੁਰਬਾਨੀ ਬੜੀ ਬੜੀ ਦਿੱਤੀ ਹੈ ਨਾ ਭਾਈ ਜਾਨ ਉਹਨਾਂ ਨੇ ਕੁਰਬਾਨੀ ਚੈੱਕ ਕਰੋ ਨਾ ਸਰ ਤੁਸੀਂ ਤੇ ਬਦਲਾਵਾ ਆਮ ਦੀ ਪੰਜਾਬ ਦੀ ਆਵਾਮ ਕੋਲ ਲੈ ਰਹੇ ਅਗਲੇ ਤੁਨ ਕਿ ਲੈ ਰਹੇ ਬਦਲਾ ਕਹਿੰਦੇ ਨੇ ਐਸਾ ਕੁਰਬਾਨੀ ਦਿੱਤੀ ਹੈ ਸਾਡਾ ਪੰਜਾਬ ਏ ਇੱਕ ਇੱਕ ਚੀਜ਼ ਜਿਹੜੀ ਪੰਜਾਬ ਦੀ ਖਾ ਮਾਰੀ ਏ ਲੁੱਟ ਮਾਰੀ ਏ ਇਹ ਮਾਈ ਦੇ ਮੁੰਡਿਆਂ ਨੇ ਔਰ ਇਹਦਾ ਜਿਹੜਾ ਉਹ ਮਨੇਕਾ ਕੱਖ ਨਹੀਂ ਛੜਿਆ ਵਾਂ ਵਿੱਚ ਪੰਜਾਬ ਦੇ ਵਿੱਚ ਇੱਕ ਹੱਸਦਾ ਵਸਦਾ ਤਰੱਕੀ یافتਾ ਤਰੱਕੀ ਕਰਦਾ ਸੂਬਾ ਜਿਹਦੀਆਂ ਮਸਾਲਾਂ ਚੀਨ ਵਾਲੇ ਦਿੰਦੇ ਸੀ ਉਹ ਸੂਬੇ ਨੂੰ ਖੰਡਰ ਬਣਾ ਦਿੱਤਾ ਇਸ ਮਈ ਔਰ ਇਹਦੇ ਆ ਮੁੰਡਿਆਂ ਨੇ ਔਰ ਇਸ ਬਜ਼ਦਾਰੇ ਨੇ ਔਰ ਇਹਦੀ ਬੀਬੀ ਨੇ ਬਜ਼ਦਾਰੇ ਦੀ ਬੀਬੀ ਵੀ ਉਹਦੀ ਮਰੀਦ ਨਹੀਂ ਆ ਨਾ ਉੱਥੋਂ ਹੀ ਜਿਉਂ ਐਨ ਗੈਨ ਸ਼ੁਰੂ ਹੋ ਕੇ ਤੇ ਉਸਮਾਨ ਬਜ਼ਦਾਰ ਨਿਕਲਿਆ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਸੁਣ ਲੋ